ਅਸਲਾਮੁਅਲੈਕਮ। ਹਾਂਜੀ ਸਰ, ਵੀਰ ਭਰਾ ਕਿੱਦਾਂ? ਉਮੀਦ ਕਰਦੇ ਹਾਂ ਕਿ ਸਾਰਿਆਂ ਦੀ ਸਿਹਤ ਵੀ ਠੀਕ ਹੋਣੀ ਆ। ਅਤੇ ਹੋਰ ਸੁਣਾਓ ਫਿਰ ਕਿੱਦਾਂ? ਅਤੇ ਕੱਲ੍ਹ ਦਾ ਵਲੌਗ ਦੇਖਿਆ ਸੀ ਕਿ ਨਹੀਂ? ਗੈਟਅਪ ਚੈੱਕ ਕਰੋ, ਕਾਟਨ ਸਾਟਨ ਦਾ ਸੂਟ ਅਤੇ VIP ਮਾਹੌਲ ਬਣਾਇਆ। ਮਾਮੂਰੀ ਆ ਰਿਹਾ ਟਰੈਕਟਰ ਟਰਾਲੀ ਲੈ ਕੇ, ਅਤੇ ਸਮਾਨ ਫਿਰ ਭੇਜਣਾ ਵਾ ਉੱਥੇ ਹਰੁਨਾਬਾਦ ਨਾਨਕੇ ਪਿੰਡ, ਕਿਉਂਕਿ ਮਾਮੂ ਦਾ ਮੁੰਡਾ ਵਾ ਜਿਹਦੇ ਆਪਾਂ ਰਿਸ਼ਤਾ ਕੀਤਾ ਵਾ ਛੋਟੀ ਸਿਸਟਰ ਦਾ। ਅਤੇ ਲਿਹਾਜ਼ਾ ਤੁਹਾਨੂੰ ਦਿਖਾਵਾਂਗਾ ਯਾਰ। ਫਰਨੀਚਰ ਤਾਂ ਉੱਥੇ ਛੱਡ ਦਿੱਤਾ ਕਿਉਂਕਿ ਟਰੈਕਟਰ ਟਰਾਲੀ ਆਉਣਾ 35-40 ਕਿਲੋਮੀਟਰ ਦੂਰ, ਅਤੇ ਆਉਂਦੇ ਫਿਰ ਤੁਹਾਨੂੰ ਪਤਾ ਸੌ ਅਸਲਾਮ ਸਾਹਿਲ ਰੋਡ ਉਂਝਦਾ ਵਾ, ਅਤੇ ਸਾਰੀਆਂ ਚੀਜ਼ਾਂ ਫਿਰ ਟੁੱਟ ਟੁੱਟ ਜਾਂਦੀਆਂ। ਅਤੇ ਦੂਜੇ ਨੰਬਰ 'ਤੇ ਬਾਕੀ ਆਪਣਾ ਸਮਾਨ ਸਾਰਾ ਜੋੜ ਛੱਡਿਆ, ਉਹਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ। ਬਾਕੀ ਯਾਰ ਵੀਡੀਓ ਲਾਈਕ ਵੀ ਕਰਦਾ ਕਰੋ, ਚੈਨਲ ਨੂੰ ਸਬਸਕ੍ਰਾਈਬ ਵੀ ਕਰਦਾ ਕਰੋ। ਜਿੰਨੇ ਵਿਊਜ਼ ਹੁੰਦੇ ਨੇ ਉਹਨਾਂ ਵਿੱਚ ਅੱਧੇ ਤਾਂ ਸਬਸਕ੍ਰਾਈਬ ਕਰਿਆ ਕਰੋ ਨਾ ਚੈਨਲ ਨੂੰ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ, ਪਤਾ ਨਹੀਂ ਹੁਣ ਸਾਡੇ ਨਾਲ ਪਿਆਰ ਮੁਹੱਬਤ ਨਹੀਂ ਹੈ, ਪਤਾ ਨਹੀਂ ਤੁਹਾਨੂੰ ਸਾਡੇ ਨਾਲ ਨਫ਼ਰਤ ਹੈ, ਤੁਹਾਨੂੰ ਸਾਡੀ ਵੀਡੀਓ ਨਹੀਂ ਪਸੰਦ ਆਉਂਦੀ। ਇਹ ਤਾਂ ਹੁਣ ਤੁਸੀਂ ਆਪ ਦੱਸਣਾ ਹੈ ਨਾ ਯਾਰ, ਕੋਈ ਪਿਆਰ ਮੁਹੱਬਤ ਕਰਿਆ ਕਰੋ। ਅਤੇ ਮੈਂ ਤੁਹਾਨੂੰ ਦਿਖਾਉਣ ਵਾ ਸਮਾਨ ਪਿੰਡਾਂ ਥਾਵਾਂ ਦਾ ਕਿੰਝ ਦਾ ਹੁੰਦਾ। ਆਹ ਚੈੱਕ ਕਰੋ ਜੀ, ਇਹ ਸਮਾਨ ਹੈ ਸਾਡਾ ਜਿਹੜਾ ਪਿੰਡਾਂ ਥਾਵਾਂ 'ਤੇ ਹੁੰਦਾ, ਜਿਹੜੀ ਮੇਨ ਚੀਜ਼ਾਂ। ਦੋ ਪੇਟੀਆਂ ਕੱਪੜੇ ਵਗੈਰਾ ਸਾਰਾ ਕੁਛ। ਅਸਲਾਮ ਅਲੈਕਮ। ਹਾਂਜੀ ਸਾਰੇ ਜਨਾਬ, ਸਾਰੇ ਮੇਰੇ ਵੀਰ ਭਰਾ, ਅਤੇ ਤੁਹਾਨੂੰ ਹੁਣ ਦਿਖਾਇਆ ਵਾ ਸਮਾਨ। ਅਤੇ ਬਾਕੀ ਟਰੈਕਟਰ ਟਰਾਲੀ ਜਦੋਂ ਆਊਗੀ, ਜਦੋਂ ਸਮਾਨ ਲਦੀਜੇਗਾ, ਫਿਰ ਤੁਹਾਨੂੰ ਦਿਖਾਵਾਂਗੇ ਉਦੋਂ ਕੀ ਮਾਹੌਲ ਹੁੰਦਾ। ਫਿਲਹਾਲ ਤਾਂ ਜਿਵੇਂ ਪਿੰਡਾਂ ਥਾਵਾਂ ਦਾ ਰਿਵਾਜ਼ ਹੁੰਦਾ ਕਿ ਔਰਤਾਂ ਆ ਰਹੀਆਂ ਨੇ, ਸਮਾਨ ਦੇਖ ਰਹੀਆਂ ਨੇ, ਮੇਢੀ ਖੁੱਲ੍ਹ ਗਈ ਉਹ ਮਤਲਬ ਹੁੰਦਾ। ਅਤੇ ਸਮਾਨ ਸਾਰੇ ਔਰਤਾਂ ਆ ਰਹੀਆਂ ਨੇ, ਆਂਡੀਆਂ ਗੁਆਂਢੀਆਂ ਰਿਸ਼ਤੇਦਾਰ ਸਾਰੇ ਆ ਕੇ ਦੇਖ ਰਹੇ ਨੇ, ਜਾ ਰਹੇ ਨੇ। ਅਤੇ ਬਾਕੀ ਜਦੋਂ ਮਾਮੂਰੀ ਆਉਣਗੇ ਅਤੇ ਫਿਰ ਤੁਹਾਨੂੰ ਦਿਖਾਵਾਂਗਾ ਉਦੋਂ ਕੀ ਸੀਨ ਹੁੰਦਾ, ਸਮਾਨ ਅਸੀਂ ਲੱਦਾਂਗੇ ਫਿਰ। ਆਹ ਵੀ ਸਾਡੇ ਕੰਨ ਵਾਲੇ, ਆਹ ਉੱਥੇ ਚੜਿਆ ਜਾਂਦਾ। ਹਾਂਜੀ ਜਨਾਬ, ਆਪਣੇ ਵਾਲੀ ਗਲੀ ਕਾਫੀ ਖਰਾਬ ਹੈਗੀ ਸੀ, ਇਸ ਵਜ੍ਹਾ ਤੋਂ ਟਰਾਲੀ ਟਰੈਕਟਰ ਬਹੁਤ ਮੁਸ਼ਕਿਲ। ਐ ਕਜ਼ਨ ਸੀਗੇ ਮੇਰੇ ਸਾਰੇ, ਅਤੇ ਉਹ ਜਿਹਨੇ ਰੁਮਾਲ ਰੱਖਿਆ ਉਹ ਮੇਰੇ ਵਾਲ ਸਾਹਿਬ ਨੇ। ਇੱਥੋਂ ਟਰੈਕਟਰ ਟਰਾਲੀ ਨਿਕਲੇਗਾ, ਲੇਕਿਨ ਅੱਗੋਂ ਪੁਲੀ ਹੋਣ ਜਿਹਦੀ ਸੀ, ਪੁਲੀ ਟੁੱਟੀ ਹੋਈ ਸੀਗੀ, ਅਤੇ ਇਸ ਵਜ੍ਹਾ ਤੋਂ ਫਿਰ ਟਰੈਕਟਰ ਟਰਾਲੀ ਨਾਲ ਥੋੜ੍ਹੀ ਜਿਹੀ ਦਿੱਕਤ ਹੋਈ ਨਿਕਲਣ ਲੱਗਿਆ। ਇੱਥੇ ਫਿਰ ਇੱਥੇ ਦੇਖਣਾ ਤੁਸੀਂ ਗੌਰ, ਛੋਟੀ ਜਿਹੀ ਪੁਲੀ ਸੀਗੀ, ਟਰੈਕਟਰ ਟਰਾਲੀ ਲੰਘਿਆ ਹੀ ਬਹੁਤ ਮੁਸ਼ਕਿਲ ਹੈ। ਇਹ ਰੁਨਾਬਾ ਦੋ ਆਏ ਸੀਗੇ ਮਾਮੂ ਦੇ ਪਿੰਡੋਂ, ਅਤੇ ਕਜ਼ਨ ਸੀਗੇ ਸਾਰੇ, ਅਤੇ ਮੇਰਾ ਛੋਟਾ ਭਾਈ ਖੜਾ ਵਾ ਸਾਹਮਣੇ। ਅਤੇ ਸਮਾਨ ਲੱਦਿਆ ਸੀਗਾ ਛੋਟੀ ਸਿਸਟਰ ਦਾ, ਲੱਦ ਕੇ ਅਤੇ ਮੈਂ ਚਲੋ ਥੋੜ੍ਹਾ ਜਿਹਾ ਵਿਲੋਗ ਦਾ ਟੋਟਾ ਬਣ ਜਾਏਗਾ। ਆਹ ਟਰਾਲੀ ਬਹੁਤ ਮੁਸ਼ਕਿਲ ਗੁਜ਼ਰੀ। ਇੱਥੋਂ ਬਾਅਦ ਬਾਕੀ ਕਜ਼ਨ ਮੇਰੇ ਸਾਰੇ ਟਰੈਕਟਰ ਟਰਾਲੀ ਦੇ ਉੱਤੇ ਚੜ ਗਏ ਅਤੇ ਚਲੇ ਗਏ। ਅਤੇ ਕੱਲ੍ਹ ਨਹੀਂ ਪਰਸੋਂ ਮਹਿੰਦੀ ਇਨਸ਼ਾਅੱਲਾ, ਅਤੇ 27 ਦੀ ਬਰਾਤ ਹੈ। ਇਹ ਮੇਰੇ ਵਾਲ ਸਾਹਿਬ ਖੜ੍ਹੇ ਸੀ,